SVL ਬਣੀ ਨਹੀਂ ਸਕਦੀ ਪਹਿਲੀ ਗੱਲ ਤਾਂ ਇਹ ਚ ਐਲਾਨਵੰਤ ਆ ਜਿਹੜਾ ਉੱਥੇ ਚੁਟਕਲੇ ਸੁਣਾ ਕੇ ਮੁੜੇ ਆਉਂਦਾ ਕਹਿੰਦਾ YSL ਬਣਾ ਲਓ ਐਂ ਕਿਵੇਂ ਬਣਾ ਲਓ ਜੀ ਅੱਜ ਚੀਮਾ ਸਾਹਿਬ ਕਹਿ ਰਹੇ ਨੇ ਇੱਕ ਬੂੰਦ ਇੱਕ ਬੂੰਦ ਇੱਕ ਬੂੰਦ ਵੀ ਪਾਣੀ ਦੀ ਨਹੀਂ ਦੇਵਾਂਗੇ ਸਾਡੇ ਕੋਲ ਵਾਧੂ ਨਹੀਂ ਮੰਨ ਲਓ ਜੇ ਵਾਧੂ ਹੋਵੇ ਫਿਰ ਕੀ ਕਰੋਗੇ ਪੋਜੀਸ਼ਨ ਤੁਹਾਡੀਆਂ ਉਲਟ ਨੇ ਤੁਹਾਡੀ ਹਰਿਆਣੇ ਦੀ ਪੋਜੀਸ਼ਨ ਹੋਰ ਹੁੰਦੀ ਆ ਸੁਪਰੀਮ ਕੋਰਟ 'ਚ ਹੋਰ ਹੁੰਦੀ ਆ ਵਿਕਰਮ ਮਜੀਠੀਆ ਕਹਿੰਦੇ ਕਿ ਸਾਰੀਆਂ ਧਿਰਾਂ ਇਕੱਠੀਆਂ ਹੋ ਰਲ ਮਿਲ ਕੇ ਇਸ ਮਸਲੇ 'ਤੇ ਪੰਜਾਬ ਦੀ ਸਰਕਾਰ ਨੂੰ ਘੇਰੀ ਕਿਉਂਕਿ ਪੰਜਾਬ ਦੇ ਪਾਣੀਆਂ ਦੇ ਨਾਲ ਸਭ ਤੋਂ ਵੱਡਾ ਧਰੋਹ ਕਹਿੰਦੇ ਆਮ ਆਦਮੀ ਪਾਰਟੀ ਕਮਾਉਣ ਲੱਗੀ ਆ ਉਹ ਕਹਿੰਦਾ ਆਪੇ ਰੋਗ ਲਾਵੇਂ ਆਪੇ ਦੇਣੀਆਂ ਦੁਆਵਾਂ ਜਾਵੇ ਅਸੀਂ ਵੇਖ ਲਈਆਂ ਤੇਰੀਆਂ ਵਫਾਵਾਂ ਤੁਸੀਂ ਨਾ ਦੀਨਮਾਨ ਦੇਖੋ ਆਨੰਦਪੁਰ ਸਾਹਿਬ ਪਹਿਲੀ ਕਾਨਫਰੰਸ ਹੋਈ ਕਹਿੰਦੇ ਸਰਕਾਰ ਜਦੋਂ ਬਣੀ ਕੈਬਨਿਟ ਦੀ ਪਹਿਲੀ ਮੀਟਿੰਗ ਦੇ ਵਿੱਚ ਜਿਹੜੀ ਧਾਰਾ 4 ਆ ਵੀ ਜਿੰਨਾ ਦੂਜੇ ਰਾਜਾਂ ਨੂੰ ਪਾਣੀ ਜਾਂਦਾ ਉਹਨੂੰ ਅਸੀਂ ਛੇੜਾਂਗੇ ਨਹੀਂ ਅਸੀਂ ਉਹ ਧਾਰਾ ਰੱਦ ਕਰਾਂਗੇ ਕਿੱਥੇ ਗਈ ਜੀ ਟੋੜਾ ਸਾਹਿਬ ਦੱਸਦੇ ਸੀ ਵੀ ਮੈਂ ਜਦੋਂ ਪਾਰਲੀਮੈਂਟ 'ਚ ਜਾ ਰਿਹਾ ਸੀ ਦੇਵੀ ਲਾਲ ਨੇ ਮੈਨੂੰ ਸੱਦਾ ਦਿੱਤਾ ਜੀ ਵੀ SVL ਦਾ ਉਦਘਾਟਨ ਕਰਨਾ ਤੁਸੀਂ ਵੀ ਆਇਓ ਬਾਦਲ ਸਾਹਿਬ ਵੀ ਕਰਨਗੇ ਕਹਿੰਦੇ ਮੈਂ ਕਿਹਾ ਇਹ ਕਿਵੇਂ ਹੋਜੂ ਐਂ ਕਿਵੇਂ ਹੋਜੂ ਆ ਕੇ ਫਿਰ ਉਹਨਾਂ ਨੇ ਆਪਦਾ ਖੂੰਡਾ ਖੜਕਾਇਆ ਜਿੰਨਾ ਉਹਨਾਂ ਸਮਿਆਂ 'ਚੋਂ ਖੜਕਾ ਸਕਦੇ ਸੀ ਸੁਪਰੀਮ ਕੋਰਟ ਦਾ ਹਾਲ ਇਹ ਹੈ ਇੱਕ ਡਰੂ ਜਿਹਾ ਮਾਸਟਰ ਹੁੰਦਾ ਨਾ ਜਿਹੜਾ ਮਤਲਬ ਕਹਿੰਦਾ ਤਾਂ ਕਿਸੇ ਨੂੰ ਕੁਛ ਨਹੀਂ ਉਹ ਕਹਿੰਦਾ ਤੁਸੀਂ ਮੇਰੀ ਸਖਤੀ ਨਹੀਂ ਦੇਖੀ ਜੇ ਮੇਰੀ ਸਖਤੀ ਦੇਖੋਗੇ ਨਾ ਫਿਰ ਮੈਂ ਕੰਨਾਂ ਨੂੰ ਹੱਥ ਲਵਾ ਦੂੰ ਉਹ ਹਾਲ ਸੁਪਰੀਮ ਕੋਰਟ ਦਾ ਕੀ ਕਰਨ ਸੁਪਰੀਮ ਕੋਰਟ 'ਚ ਜਿੱਥੇ ਵੋਟਾਂ ਦਾ ਫਾਇਦਾ ਉੱਥੇ ਤਾਂ ਕੁਛ ਕੱਖ ਨਹੀਂ ਭੁੱਲਦੇ ਜਿੱਥੇ ਆਪ ਕੁਛ ਕਰਨ ਦੀ ਲੋੜ ਆ ਟਕਰਾਅ ਪੈਂਦਾ ਉੱਥੇ ਕਹਿੰਦੇ ਨੇ ਬੀਤੇ 'ਤੇ ਪਾਓ ਮਿੱਟੀ ਜਿਵੇਂ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦੀ ਤਣਾ ਤਣੀ ਜੀ ਚੱਲਦੀ ਹੈ ਨਾ ਉਹਨੇ ਇਹਦਾ ਨਾਂ ਲਿਆ ਵੀ ਭਗਵੰਤ ਸ਼ਾਹ ਹੁਣ ਅਮਿਤ ਸ਼ਾਹ ਅਤੇ ਭਗਵੰਤ ਮਾਨ ਉਹ ਪੰਜਾਬੀ ਦਾ ਇੱਕ ਗੀਤ ਆ ਨਾ ਟਿੱਚ ਵਟਣਾ ਦੀ ਜੋੜੀ ਵਾਂਗੂ ਜੁੜ ਗਏ ਸਾਰੀ ਕੇਂਦਰ ਦੀ ਨੀਤੀ ਪਾਲਸੀ ਲਾਗੂ ਕਰ ਰਿਹਾ ਉਹੀ RSS ਦੀ ਨੀਤੀ ਪਾਲਸੀ ਲਾਗੂ ਕਰ ਰਿਹਾ ਜਿੱਥੇ ਸਾਡਾ ਆਨੰਦ ਘੋਪ ਉੱਥੇ ਗਧੇ ਦੀ ਮਰੀ ਦਾ ਕੋਈ ਨਹੀਂ ਦੋਸ਼ ਮੌਜੂਦਾ ਸਰਕਾਰ ਦੀ ਕੋਈ ਪੁਰਾਣੀ ਵੀਡੀਓ ਚੱਕ ਕੇ ਤੁਸੀਂ ਚਲਾ ਦਿਓ ਤੁਹਾਨੂੰ ਲੱਗੂ ਵੀ ਕੇਜਰੀਵਾਲ ਆਪਣੀ ਸਰਕਾਰ ਦੇ ਖਿਲਾਫ ਬੋਲਦੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਸਾਰਖੀ ਦਰਸ਼ਕਾਂ ਦਾ ਪੰਜਾਬ ਇਹਨਾਂ ਦਿਨੀ ਕਈ ਮਸਲਿਆਂ ਦੇ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਬੀਤੇ ਦਿਨਾਂ ਇੱਕ ਮਸਲਾ ਵੱਡਾ ਪੰਜਾਬ ਦੇ ਲਈ ਬਣਦਾ ਹੈ ਅਤੇ ਉਹ ਹੈ SYL ਦਾ ਹਾਲਾਂਕਿ SYL ਦਾ ਮਸਲਾ ਸਿਆਸਤ ਦੇ ਵਿੱਚੋਂ ਹੀ ਨਿਕਲਦਾ ਅਤੇ ਅਕਸਰ ਇਸ ਦੇ ਉੱਤੇ ਸਿਆਸਤ ਹੀ ਹੁੰਦੀ ਹੈ ਪਰ ਜਦੋਂ ਕੋਰਟ ਦੇ ਵੱਲੋਂ ਇਸ ਸਾਰੇ ਮਸਲੇ ਦੇ ਵਿੱਚ ਆਖ ਦਿੱਤਾ ਜਾਂਦਾ ਹੈ ਕਿ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਕਰੋ ਸਾਨੂੰ ਸਖ਼ਤ ਆਰਡਰ ਦੇਣ ਦੇ ਲਈ ਮਜਬੂਰ ਨਾ ਕੀਤਾ ਜਾਵੇ ਸਾਡੇ ਨਾਲ ਮਾਲਵਿੰਦਰ ਮਾਲੀ ਮੌਜੂਦ ਨੇ ਮਾਲੀ ਸਾਹਿਬ ਲਗਾਤਾਰ ਪੰਜਾਬ ਦੀਆਂ ਫਿਜ਼ਾਵਾਂ 'ਚ ਜਦੋਂ ਇਲੈਕਸ਼ਨ ਆਉਂਦੇ ਨੇ ਜਾਂ ਜਦੋਂ ਕਹਿ ਦਈਏ ਕਿ ਕੋਈ ਵੱਡਾ ਅੰਦੋਲਨ ਪੰਜਾਬ ਦੇ ਵਿੱਚ ਹੁੰਦਾ SYL ਬਹੁਤ ਚਰਚਾ 'ਚ ਹੁਣ ਫਿਰ ਚਰਚਾ ਛਿੜੀ ਆ ਉਦੋਂ ਜਦੋਂ ਜਦੋਂ ਕੋਰਟ ਦੇ ਵੱਲੋਂ ਇਸ ਸਾਰੇ ਮਸਲੇ ਦੇ ਵਿੱਚ ਹੁਣ ਉਲਝਾ ਲਿਆ ਗਿਆ ਸਾਰਾ ਸਿਸਟਮ SYL ਇੱਕ ਇਹੋ ਜਿਹਾ ਮੁੱਦਾ ਉਹ ਜਿਵੇਂ ਕਹਿੰਦੇ ਹੁੰਦੇ ਨਾ ਨੌਮਣ ਤੇਲ ਹੋਣਾ ਅਤੇ ਨਾ ਰਾਧਾ ਨੇ ਨੱਚਣਾ SYL ਬਣੀ ਨਹੀਂ ਸਕਦੀ ਪਹਿਲੀ ਗੱਲ ਤਾਂ ਜੇ ਇੰਜੀਨੀਅਰ ਜਿਹੜੇ ਕਹਿੰਦੇ ਨੇ ਜਿਹੜਾ ਕਹਿੰਦੇ ਨੇ ਉਹਨੂੰ ਪੂਰਾ ਕਰੋ ਮੰਨ ਲਓ ਤੁਸੀਂ ਪੂਰਾ ਵੀ ਕਰ ਦਿਓ ਜਿਹੜਾ ਖਾਲੀ ਥਾਂ ਰਹਿੰਦਾ ਇਹ ਸਾਰੇ ਉਹ ਢਹਿ ਕੇ ਦੁਬਾਰੇ ਬਣਾਉਣੀ ਪੈਣੀ ਆ ਇਹਦੇ ਵਿੱਚ ਬਹੁਤ ਸਾਰੇ ਪੇਚ ਨੇ ਮਤਲਬ ਜਦੋਂ ਪਹਿਲਾਂ ਸੁਪਰੀਮ ਕੋਰਟ ਇਹੋ ਜਿਹੀ ਸਖ਼ਤੀ ਕਰਨ ਦੀ ਗੱਲ ਕਰਦਾ ਸੀ ਕੇਂਦਰ ਸਰਕਾਰ ਆਪਦੀ ਉਹ ਲਾ ਕੇ ਕਰੇ ਪੰਜਾਬ ਸਰਕਾਰ ਨੇ ਉਹ ਨੋਟੀਫਿਕੇਸ਼ਨ ਅਕੁਆਇਰ ਕਰਨ ਦੇ ਰੱਦ ਕਰਕੇ ਇੱਕ ਦੋ ਰਾਤਾਂ ਜੰਗੀ ਪੱਧਰ 'ਤੇ ਮਤਲਬ ਮਾਲਕੀ ਤਬਦੀਲ ਕਰਤੀ ਸਰਕਾਰੀ ਮਾਲਕੀ ਸੀ ਜਿਹੜੀ ਕਿਸਾਨਾਂ ਨੂੰ ਤਬਦੀਲ ਕਰਤੀ
ਭਰ ਵੀ ਦਿੱਤੀ ਕਈ ਥਾਂ ਤੋਂ ਨਹਿਰ ਇਹੋ ਜਿਹੇ, ਸੁਪਰੀਮ ਕੋਰਟ ਨੇ ਉਦੋਂ ਬਾਅਦ ਸਟੇਟਸ ਕੋ ਦਿੱਤਾ ਅਤੇ ਉਹ ਰੁਕ ਗਿਆ। ਅਸਲ ਸਮੱਸਿਆ ਇਹ ਆ, ਮਤਲਬ ਜਿਹੜਾ ਪੰਜਾਬ ਦੇ ਪਾਣੀਆਂ ਦੀ ਮਾਲਕੀ ਆ ਨਾ ਜੀ, ਅਸਲ ਸਮੱਸਿਆ ਹੈਗੀ ਉੱਥੇ। ਜਿਵੇਂ ਸਾਰੇ ਮੁਲਕ ਦੇ ਵਿੱਚ ਹਰ ਇੱਕ ਸੂਬੇ ਦੇ ਵਿੱਚ ਜਿੱਥੋਂ ਦਰਿਆ ਆਉਂਦੇ ਨੇ, ਵਹਿੰਦੇ ਨੇ, ਲੰਘਦੇ ਨੇ, ਉਹਨਾਂ ਖਾਤਰ ਇੱਕ ਨਿਯਮ ਬਣੇ ਹੋਏ ਨੇ, ਕਿਉਂਕਿ ਉਹ ਸੂਬੇ ਬਣਾਏ, ਸੂਬੇ ਉਹਨਾਂ ਦੇ ਮਾਲਕ ਬਣਾਏ, ਇੱਕ ਬਣਾਏ, ਦੋ ਬਣਾਏ, ਤਿੰਨ ਬਣਾਏ, ਇਸ ਤਰ੍ਹਾਂ ਦਾ ਸਿਸਟਮ ਚੱਲਿਆ। ਪਰ ਜਦੋਂ ਪੰਜਾਬੀ ਸੂਬਾ, ਜਿਹਨੂੰ ਇਹ ਕਹਿੰਦੇ ਨੇ ਪੰਜਾਬੀ ਸੂਬਾ, ਨਹੀਂ ਬਣਾਇਆ ਇਹਨਾਂ ਨੇ, ਇਹਨਾਂ ਨੇ ਪੰਜਾਬ ਵੰਡਿਆ। ਪੰਜਾਬ ਵੰਡ ਕੇ ਇੱਕ ਤਾਂ ਹਰਿਆਣਾ ਬਣਾਤਾ, ਇੱਕ ਪੰਜਾਬ ਦੇ ਕੁਝ ਹਿੱਸੇ ਹਿਮਾਚਲ ਨੂੰ ਦੇਤੇ, ਜਿਹਦੀ ਮੰਗ ਨਹੀਂ ਸੀ। ਹਿਮਾਚਲ ਤਾਂ ਯੂਨੀਅਨ ਟੈਰੀਟਰੀ, ਮਤਲਬ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਲਿਆ ਜਾਂਦਾ ਸੀ। ਉਸ ਤੋਂ ਬਾਅਦ ਇਹ ਮਸਲਾ ਚੱਲਦਾ ਰਿਹਾ। ਜਿਹੜੇ ਵੈਸੇ ਤਾਂ ਲੰਮੀ ਕਹਾਣੀ ਹੈ ਬਹੁਤ, 1955 ਦੀ ਮੀਟਿੰਗ 'ਚ ਕੀ ਫੈਸਲਾ ਕੀਤਾ, ਉਹ 'ਚ ਕਿਹਾ ਸੀ ਪਾਣੀ ਦਾ ਮੁੱਲ ਤੈਅ ਕਰਾਂਗੇ, ਮੁੜ ਕੇ ਉਹ ਮੀਟਿੰਗ ਨਹੀਂ ਹੋਈ, ਹੈ ਜੀ। ਫਿਰ ਐਮਰਜੈਂਸੀ ਦੌਰਾਨ ਇੰਦਰਾ ਗਾਂਧੀ ਨੇ ਆਪਦਾ ਅਵਾਰਡ ਦੇਤਾ। ਫਿਰ 79 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਅਤੇ ਟੋੜਾ ਸਾਹਿਬ ਨੇ ਦਬਾਅ ਪਾ ਕੇ ਇੱਕ ਰਿੱਟ ਦਾਇਰ ਕਰਾਤੀ। ਰਿੱਟ ਦਾਇਰ ਜਦੋਂ ਕਰਾਤੀ ਤਾਂ ਸਰਕਾਰ ਇਹ ਭੰਗ ਕਰਤੀ। ਉਦੋਂ ਪਹਿਲਾਂ ਦੇਵੀ ਲਾਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ, ਯਾਰੀ ਆ ਇਹਨਾਂ ਦੀ ਆਪਸੀ ਰਹੀ ਆ ਦੋਹਾਂ ਪਰਿਵਾਰਾਂ ਦੀ, ਉਹਨਾਂ ਨੇ ਉਹਨਾਂ ਤੋਂ ਪੈਸੇ ਵੀ ਲੈ ਲਏ ਹਰਿਆਣੇ ਤੋਂ। ਉਹ ਇੱਕ ਵੱਖਰੀ ਗੱਲ ਆ, ਵਿਧਾਨ ਸਭਾ 'ਚ ਦੇਵੀ ਲਾਲ ਨੇ ਐਲਾਨ ਵੀ ਕਰਤਾ ਵੀ ਆਹ ਹੋਣਾ, ਕਿਉਂਕਿ ਟੋੜਾ ਸਾਹਿਬ ਦੱਸਦੇ ਸੀ ਵੀ ਮੈਂ ਜਦੋਂ ਪਾਰਲੀਮੈਂਟ 'ਚ ਜਾ ਰਿਹਾ ਸੀ, ਦੇਵੀ ਲਾਲ ਨੇ ਮੈਨੂੰ ਸੱਦਾ ਦਿੱਤਾ ਜੀ ਵੀ ਇਸ ਸਬਾਈਏ ਦਾ ਉਦਘਾਟਨ ਕਰਨਾ, ਤੁਸੀਂ ਵੀ ਆਇਓ, ਬਾਦਲ ਸਾਹਿਬ ਵੀ ਕਰਨਗੇ। ਕਹਿੰਦੇ ਮੈਂ ਕਿਹਾ ਇਹ ਕਿਵੇਂ ਹੋਜੂ, ਐਂ ਕਿਵੇਂ ਹੋਜੂ। ਆ ਕੇ ਫਿਰ ਉਹਨਾਂ ਨੇ ਆਪਦਾ ਖੁੰਡਾ ਖੜਕਾਇਆ, ਜਿੰਨਾ ਉਹਨਾਂ ਸਮਿਆਂ 'ਚੋਂ ਖੜਕਾ ਸਕਦੇ ਸੀ, ਉਹ ਗੱਲ ਨਹੀਂ ਹੋਈ। ਪਰ ਇਹਦਾ ਆਧਾਰ ਤਿਆਰ ਬਾਦਲ ਨੇ ਕੀਤਾ, ਇਹ 'ਚ ਕੋਈ ਦੋ ਰਾਵਾਂ ਨਹੀਂ। ਜ਼ਮੀਨ ਉਕੈਰ ਕਰਨ ਦਾ, ਪੈਸੇ ਲੈਣ ਦਾ, ਸਰਵੇ ਕਰਨ ਦਾ। ਉਦੋਂ ਬਾਅਦ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ। ਸਮਝੌਤੇ 'ਚ ਕਈ ਮੁੱਦਾ ਨੇ, ਚੰਡੀਗੜ੍ਹ ਐਂ ਦਿੱਤਾ ਜਾਊ, ਆਹ ਐਂ ਕੀਤਾ ਜਾਊ, ਉਹ 'ਚ ਐਸ ਵਾਈ ਐੱਲ ਬਣਾਈ ਜਾਊ, ਇਹ ਵੀ ਸੀ। ਤੁਸੀਂ ਦੇਖੋ ਬਾਦਲ ਨੇ ਇਹ ਕੰਮ ਸ਼ੁਰੂ ਕੀਤਾ। ਕਾਂਗਰਸੀ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਜਿਹੜੀ ਉਹ ਪਟੀਸ਼ਨ ਪਾਈ ਸੀ, ਜਿਹਦਾ ਨਿਪਟਾਰਾ ਪੰਜਾਬ ਦੇ ਹੱਕ 'ਚ ਹੋਣਾ ਸੀ, ਉਹ ਵਾਪਸ ਲੈ ਲਈ। ਧਮਕੀ ਦਿੱਤੀ ਜਦੋਂ ਇੰਦਰਾ ਗਾਂਧੀ ਨੇ ਵੀ ਮੁੱਖ ਮੰਤਰੀ ਰਹਿਣਾ ਜਾਂ ਨਹੀਂ ਰਹਿਣਾ। ਬਰਨਾਲਾ ਸਾਹਿਬ ਇਹ ਨਹਿਰ ਦੀ ਉਸਾਰੀ ਹੋਈ। ਪੰਜਾਬ ਦੇ ਸਾਰੇ ਸਿਆਸਤਦਾਨਾਂ ਨੇ ਸਿਆਸੀ ਚੌਧਰ ਲਈ, ਨਿੱਜੀ ਕੁਰਸੀ ਦੀ ਭੁੱਖ ਲਈ ਪੰਜਾਬ ਦੇ ਹਿੱਤਾਂ ਨੂੰ ਦਾਅ 'ਤੇ ਲਾਇਆ। ਦੋ ਵਾਰ ਪੰਜਾਬ ਵਿਧਾਨ ਸਭਾ 'ਚ ਸਰਬਸੰਮਤੀ ਨਾਲ ਮਤਾ ਪਾਸ ਹੋਇਆ, ਬੈਂਸ ਭਰਾਵਾਂ ਨੇ ਜਦੋਂ ਜ਼ੋਰ ਨਾਲ ਉਠਾਇਆ, ਕਿਉਂਕਿ ਜਿਹੜਾ ਕੈਪਟਨ ਨੇ ਉਹ ਕਾਨੂੰਨ ਬਣਾਇਆ ਸੀ, ਕਾਨੂੰਨ ਰੱਦ ਕਰਨ ਦਾ ਪਾਣੀਆਂ ਦੇ ਸਮਝੌਤੇ, ਹੁਣ ਜਿੰਨੀ ਡਿਸਕਸ਼ਨ ਹੋਈ ਆ ਉਹ ਹਾਲੇ ਵੀ ਕਾਨੂੰਨ ਕਾਇਮ ਆ ਉਹ, ਪਾਹੇ ਚਾਹੇ ਉਹ ਮਤਲਬ ਪਾਸ ਕੀਤਾ ਹੋਇਆ ਕਾਨੂੰਨ ਆ, ਸੁਪਰੀਮ ਕੋਰਟ ਨੇ ਰਾਏ ਦਿੱਤੀ ਸੀ ਵੀ ਇਹ ਨਹੀਂ ਬਣਾ ਸਕਦੇ ਇਸ ਤਰ੍ਹਾਂ ਦਾ, ਉਹ ਕਾਨੂੰਨ ਰੱਦ ਨਹੀਂ ਹੋਇਆ ਹਾਲੇ ਤੱਕ ਵੀ ਉਹਨੇ। ਉਦੋਂ ਬਾਅਦ ਦੋ ਵਾਰ, ਇੱਕ ਵਾਰ ਮਤਲਬ ਬਾਦਲ ਸਾਹਿਬ ਦੇ ਹੁੰਦੇ, ਸਰਬਸੰਮਤੀ ਨਾਲ ਵਿਧਾਨ ਸਭਾ ਨੇ ਮਤਾ ਪਾਸ ਕੀਤਾ, ਪੰਜਾਬ ਦੀ ਵਿਧਾਨ ਸਭਾ ਨੇ। ਪੰਜਾਬ ਦੇ ਪਾਣੀਆਂ ਦਾ ਮਾਲਕ ਪੰਜਾਬ ਆ, ਪੰਜਾਬ ਦੀ ਵਿਧਾਨ ਸਭਾ ਪੰਜਾਬ ਸਰਕਾਰ ਨੂੰ ਹਦਾਇਤ ਕਰਦੀ ਹੈ ਕਿ ਗੁਆਂਢੀ ਰਾਜਾਂ ਤੋਂ ਇਹਦੀ ਰਾਇਲਟੀ ਵਸੂਲਣ ਲਈ ਲੋੜੀਂਦੇ ਕਦਮ ਚੁੱਕੇ ਜਾਣ। ਕਾਗਜ਼ੀ ਸਹੀ ਹੋ ਕੇ ਕੱਖ ਨਹੀਂ ਕੀਤਾ ਮੁੜ ਕੇ। ਫਿਰ ਕੈਪਟਨ ਦੀ ਸਰਕਾਰ ਆ ਗਈ, ਉਦੋਂ ਵੀ ਬਿਲਕੁਲ ਇਹੀ ਮਤਾ ਪਾਸ ਕੀਤਾ ਗਿਆ ਸਾਰੀਆਂ। ਉਦੋਂ ਆਮ ਆਦਮੀ ਪਾਰਟੀ ਵੀ ਵਿੱਚ ਸੀ, ਸਰਬਸੰਮਤੀ ਨਾਲ ਵਿਧਾਨ ਸਭਾ ਨੇ ਦੋ ਵਾਰ ਮਤਾ ਪਾਸ ਕੀਤਾ ਹੋਇਆ, ਉਸੇ ਵਿਧਾਨ ਸਭਾ ਨੇ ਕਾਨੂੰਨ ਬਣਾਇਆ ਹੋਇਆ, ਕੋਈ ਕਾਰਵਾਈ ਨਹੀਂ ਕੀਤੀ। ਹੁਣ ਇਹ ਬਣ ਗਏ ਖਡਾਉਣਾ ਸਿਆਸਤ ਦਾ, ਜਿਵੇਂ ਕਿਸੇ ਮੁੱਦੇ ਨੂੰ, ਜਿਵੇਂ ਬੇਅਦਬੀ ਆ,
ਉੱਥੇ ਇਨਸਾਫ ਦਾ ਸਿਆਸਤ ਦੇਣ ਲਈ ਉਹ ਵੋਟਾਂ ਦੀ ਸਿਆਸਤ ਦਾ ਖਾਜਾ ਬਣ ਗਈ। ਐਂ ਬਣੀ ਹੋਈ ਹੈ ਇਸ ਵਾਈ ਐੱਲ, ਅਤੇ ਇਹ 'ਚ ਐਲਾਨਬੰਦ ਆ ਜਿਹੜਾ ਉੱਥੇ ਚੁਟਕਲੇ ਸੁਣਾ ਕੇ ਮੁੜੇ ਆਉਂਦਾ, ਕਹਿੰਦਾ ਵਾਈ ਐੱਸ ਐੱਲ ਬਣਾ ਲਓ। ਐਂ ਕਿਵੇਂ ਬਣਾ ਲਓ ਜੀ? ਮਤਲਬ ਤੁਸੀਂ ਇਹਦਾ ਮਤਲਬ ਤੁਸੀਂ ਖੁਦ ਹੀ ਕਹਿ ਰਹੇ ਹੋ ਵੀ ਪੰਜਾਬ ਦੇ ਪਾਣੀਆਂ ਦਾ ਹੱਕ ਸਾਂਝਾ, ਪਰ ਜਿਹੜਾ ਇਕੱਲਾ ਹਰਿਆਣਾ ਲੈ ਰਿਹਾ ਫਿਰ ਉਹ ਵੀ ਸਾਂਝ ਕਰੋ। ਜਿਹੜੀ ਜੈਪੁਰ ਮੀਟਿੰਗ ਹੋਈ ਉੱਤਰੀ ਰਾਜਾਂ ਦੀ, ਉੱਥੇ ਆਪਣੇ ਚੀਮਾ ਸਾਹਿਬ 'ਤੇ ਬਹਿਸ ਗਏ ਸੀ, ਉਹ ਕਹਿੰਦੇ ਟ੍ਰਿਬਿਊਨਲ ਬਣਾ ਲਓ ਜੀ ਨਵਾਂ। ਇਹਦਾ ਟ੍ਰਿਬਿਊਨਲ ਉਦੋਂ ਬਣਦਾ ਹੁੰਦਾ ਜਦੋਂ ਕੁਛ ਰਾਜਾਂ ਦਾ ਸਾਂਝੀ ਮਾਲਕੀ ਹੋਵੇ। ਪੁਜੀਸ਼ਨ ਤੁਹਾਡੀਆਂ ਉਲਟ ਨੇ, ਤੁਹਾਡੀ ਹਰਿਆਣੇ ਦੀ ਪੁਜੀਸ਼ਨ ਹੋਰ ਹੁੰਦੀ ਆ, ਸੁਪਰੀਮ ਕੋਰਟ 'ਚ ਹੋਰ ਹੁੰਦੀ ਆ। ਹੁਣ ਇਹਨਾਂ ਦਾ ਵਕੀਲ ਉੱਥੇ ਪੇਸ਼ ਹੋਇਆ ਜੀ, ਵਕੀਲ ਕਹਿੰਦਾ ਅਸੀਂ ਐੱਸ ਵਾਈ ਐੱਲ ਬਣਾਉਣ ਨੂੰ ਤਿਆਰ ਹਾਂ, ਪਰ ਵਿਰੋਧੀ ਪਾਰਟੀਆਂ ਇੱਕ ਵਿਰੋਧ ਕਰ ਰਹੀਆਂ ਨੇ ਵੱਡਾ, ਦੂਜਾ ਕਿਸਾਨਾਂ ਤੋਂ ਜ਼ਮੀਨ ਉਕੈਰ ਕਰਨ ਦੀ ਸਮੱਸਿਆ। ਉੱਥੇ ਤੁਸੀਂ ਪੁਜੀਸ਼ਨ ਲੈਂਦੇ ਨਹੀਂ ਜਿਹੜੀ ਉਸੂਲੀ ਹੁੰਦੀ ਆ। ਅੱਜ ਕੈਬਨਿਟ ਦੀ ਮੀਟਿੰਗ ਹੋਈ ਆ, ਅੱਜ ਚੀਮਾ ਸਾਹਿਬ ਕਹਿ ਰਹੇ ਨੇ ਇੱਕ ਬੂੰਦ ਇੱਕ ਬੂੰਦ ਇੱਕ ਬੂੰਦ ਵੀ ਪਾਣੀ ਦੀ ਨਹੀਂ ਦੇਵਾਂਗੇ, ਸਾਡੇ ਕੋਲ ਵਾਧੂ ਨਹੀਂ। ਮੰਨ ਲਓ ਜੇ ਵਾਧੂ ਹੋਵੇ ਫਿਰ ਕੀ ਕਰੋਗੇ ਜੀ? ਪੁਜੀਸ਼ਨ ਤਾਂ ਇਹੀ ਹੈ ਨਾ ਜੀ, ਮੰਨ ਲਓ ਤੁਹਾਡੇ ਕੋਲ ਨਿਕਲਿਆ ਵਾਧੂ ਫਿਰ ਕੀ ਕਰੋਗੇ? ਉਸੂਲੀ ਪੁਜੀਸ਼ਨ ਲੈਣ ਦੀ ਥਾਂ ਇੱਕ ਤਿਲਕਵੀਂ ਪੁਜੀਸ਼ਨ ਲੈਂਦੇ ਨੇ। ਫਿਰ ਤੁਸੀਂ ਵੀ ਪਾਣੀਆਂ ਦਾ ਜਾਇਜ਼ਾ ਲਓ ਜੀ, ਤੁਸੀਂ ਕਹਿਤਾ ਵੀ ਹਰਿਆਣੇ ਨੂੰ ਇੰਨਾ ਦੇਣਾ, ਰਾਜਸਥਾਨ ਨੂੰ ਇੰਨਾ ਦੇਣਾ, ਉਹ ਤੁਹਾਨੂੰ ਦੇਣੀ ਪੈਣਾ, ਬਾਕੀ ਕੀ ਬਚਿਆ? ਨੰਬਰ ਇੱਕ। ਇੱਕ ਹੋਰ ਨਵੀਂ ਗੱਲ ਕੱਢ ਲਈ ਨਹੀਂ ਜਿਹੜੀ ਹਕੀਕਤ ਆ, ਜਿੰਨਾ ਲੁੱਟਣ ਤੋਂ ਬਾਅਦ ਜਿੰਨਾ ਪਾਣੀ ਪੰਜਾਬ ਕੋਲ ਬਚਦਾ ਅਸੀਂ ਉਹਦਾ ਸਿਰਫ 37% ਵਰਤਦੇ ਹਾਂ। ਆ ਗਿਆ ਨਾ ਸਾਰਾ ਨਹਿਰੀ ਸਿਸਟਮ ਤਬਾਹ ਕਰਤਾ, ਬਿਜਲੀ ਦੀਆਂ ਮੋਟਰਾਂ ਫਰੀ ਦੇਤੀਆਂ, ਨਹਿਰਾਂ ਵਾਲੇ ਪੈਸੇ ਸਾਰਾ ਹੁਣ ਆ ਰਿਹਾ ਨਾ ਵੀ ਇੰਨੇ ਖਾਲੇ ਗਾਇਬ, ਇੰਨੇ ਮੋਗੇ ਗਾਇਬ। ਪੰਜਾਬ ਦੇ ਸਿਆਸਤਦਾਨਾਂ ਦੇ, ਪੰਜਾਬ ਦੀ ਅਫਸਰਸ਼ਾਹੀ ਨੇ ਪੰਜਾਬ ਨਾਲ ਹਮੇਸ਼ਾ ਧਰੋਹ ਕਮਾਇਆ, ਬੇਵਿਸ਼ਵਾਸਾਘਾਤ ਕੀਤਾ ਜਿਹਨੂੰ ਆਪਾਂ ਕਹਿ ਦਈਏ, ਜਿਹਦੇ ਸਿੱਟੇ ਅਸੀਂ ਭੁਗਤ ਰਹੇ ਹਾਂ। ਸੋ ਇਸ ਕਰਕੇ ਇਹ ਕੁਛ ਨਹੀਂ ਹੋਣਾ। ਮਾਨੀ ਸਾਹਿਬ, ਇਸ ਸਾਰੇ ਮਸਲੇ ਦੇ ਵਿੱਚ ਅਕਾਲੀ ਦਲ ਪ੍ਰੈਸ ਕਾਨਫਰੰਸ ਕਰਦਾ, ਵਿਕਰਮ ਮਜੀਠੀਆ ਕਹਿੰਦੇ ਕਿ ਸਾਰੀਆਂ ਧਿਰਾਂ ਇਕੱਠੀਆਂ ਹੋਵੋ, ਰਲ ਮਿਲ ਕੇ ਇਸ ਮਸਲੇ 'ਤੇ ਪੰਜਾਬ ਦੀ ਸਰਕਾਰ ਨੂੰ ਘੇਰੀ, ਕਿਉਂਕਿ ਪੰਜਾਬ ਦੇ ਪਾਣੀਆਂ ਦੇ ਨਾਲ ਸਭ ਤੋਂ ਵੱਡਾ ਧਰੋਹ ਕਹਿੰਦੇ ਆਮ ਆਦਮੀ ਪਾਰਟੀ ਕਮਾਉਣ ਲੱਗੀ ਹੈ। ਲੱਗਦਾ ਕਿ ਅਕਾਲੀ ਦਲ ਇਸ ਤਰੀਕੇ ਦੇ ਨਾਲ ਅੱਗੇ ਆ ਕੇ ਰਿਵਾਈਵਲ ਕਰਨ ਦੀ ਕੋਸ਼ਿਸ਼ ਕਰੇਗਾ ਆਪਣਾ? ਉਹ ਕਹਿੰਦਾ ਆਪੇ ਰੋਗ ਲਾਵੇਂ ਆਪੇ ਦੇਣੀਆਂ ਦੁਆਵਾਂ, ਜਾਵੇ ਅਸੀਂ ਵੇਖ ਲਈਆਂ ਤੇਰੀਆਂ ਵਫਾਵਾਂ। ਕੌਣ ਕਰੂ ਇਹਨੇ ਤਾਂ ਯਕੀਨ? ਅਮਰਿੰਦਰ ਨੇ ਜਦੋਂ ਉਹ ਰੱਦ ਕੀਤੇ ਸੀ ਨਾ ਪਾਣੀਆਂ ਦੇ ਸਮਝੌਤੇ, ਉਹ ਨਾਲ ਲੈ ਕੇ ਗਿਆ ਸੀ ਬਾਦਲ ਸਾਹਿਬ ਨੂੰ, ਉਹਨੇ ਸੱਦੀਆਂ ਸੀ। ਤੁਸੀਂ ਕਦੇ ਸਰਬ ਪਾਰਟੀ ਮੀਟਿੰਗਾਂ ਪੰਜਾਬ ਦੇ ਹੱਕਾਂ ਲਈ ਕਦੋਂ ਸੱਦੀਆਂ ਜੀ? ਤੁਹਾਨੂੰ ਪਤਾ ਪਾਣੀਆਂ ਦਾ ਮਸਲਾ, ਚੰਡੀਗੜ੍ਹ ਦਾ ਮਸਲਾ, ਪੰਜਾਬ ਯੂਨੀਵਰਸਿਟੀ ਦਾ ਮਸਲਾ, ਅਤੇ ਜਿਹੜੇ ਤੁਹਾਡੇ ਮਸਲੇ ਨੇ ਤੁਸੀਂ ਕਦੇ ਉਹਦੇ ਬਾਰੇ ਸਰਬ ਪਾਰਟੀ ਮੀਟਿੰਗ ਸੱਦੀ? ਭਗਵੰਤ ਮਾਨ ਤਾਂ ਸ਼ਰਿਆਵੇਂ ਕਹਿੰਦਾ ਇਹਨਾਂ ਦੇ ਪੱਲੇ ਕੀ ਆ ਕਿਉਂ ਸੱਦਾਂ, ਕੋਈ ਲੋੜ ਹੀ ਨਹੀਂ, ਕਿਉਂਕਿ ਉਹ ਸਿਆਸੀ ਲੜਾਈ ਤਾਂ ਲੜਨਾ ਨਹੀਂ ਚਾਹੁੰਦਾ। ਸੋ ਇਸ ਕਰਕੇ ਇਸ ਹਮਾਮ 'ਚ ਸਾਰੇ ਹੀ ਨੰਗੇ ਨੇ। ਇਸ ਕਰਕੇ ਅੱਜ ਮਜੀਠੀਆ ਕੀ ਕਹਿੰਦਾ, ਬਾਕੀ ਸਾਰੇ ਕੀ ਕਹਿੰਦੇ ਆ, ਮਤਲਬ ਤੁਸੀਂ ਮੌਕਾ ਪ੍ਰਸਤੀ ਐਡੀ ਆ, ਇੱਕ ਪੁਜੀਸ਼ਨ ਤੁਹਾਡੀ ਦੂਜੀ ਦੇ ਖਿਲਾਫ ਆ, ਦੂਜੀ ਤੀਜੀ ਦੇ ਖਿਲਾਫ ਆ। ਇਹ ਤਾਂ ਆ ਇੱਕ ਨਵੀਂ ਪਾਰਟੀ ਆ ਗਈ ਨਾ, ਇਹ ਤਾਂ ਨਹੀਂ ਤਾਂ ਇਹਨਾਂ ਦਾ ਇਹ ਸੀ ਵੀ ਉੱਤਰ ਕਾਟੋ ਮੈਂ ਚੜ੍ਹਾਂ, ਮਤਲਬ ਜਦੋਂ ਸੱਤਾ ਬਦਲਦੀ ਸੀ ਉਹ ਫਾਈਲਾਂ ਉਹਨਾਂ ਨੂੰ ਫੜਾ ਦਿੰਦੇ ਸੀ, ਉਹਨਾਂ ਨੂੰ ਬਦਲਾ ਦਿੰਦੇ ਸੀ, ਅਤੇ ਆਖਰ ਦੇ ਵਿੱਚ ਲੋਕਾਂ ਨੇ ਤਾਂ ਹੀ ਖੁਰਚ 'ਤੇ ਨਾ ਵੀ ਤੁਹਾਡਾ ਜੋ ਹਾਲ ਆ, ਗਰੰਟੀਆਂ ਵਾਲੀ ਲਿਆਂਦੀ ਸਾਹਮਣੇ, ਗਰੰਟੀਆਂ ਵਾਲੀਆਂ ਦਾ ਮਤਲਬ ਤੁਹਾਨੂੰ ਪਤੀ ਹੈ ਵੀ ਹੁਣ ਘੋਰੜੂ ਵੱਜ ਰਿਹਾ ਨਾਲ ਦੀ ਨਾਲ ਸਾਰੇ ਕਾਸੇ ਦੇ, ਇਹ ਵੀ ਅਜਿਹੀ ਜਿਹੀ ਸਿਆਸਤ ਕਰ ਰਹੇ ਨੇ ਤੁਹਾਡੇ ਸਾਹਮਣੇ ਆ। ਇਹ ਸਾਰੇ ਐੱਸ ਵਾਈ ਐੱਲ ਦੇ ਮਸਲੇ 'ਤੇ ਹੁਣ ਆਮ ਲੋਕ ਫਿਰ ਚਰਚਾ ਕਰਦੇ ਨੇ, ਕਹਿੰਦੇ ਕਿ
ਪੰਜਾਬ ਨੂੰ ਫਿਰ ਉਸੇ ਬਲਦੀ ਦੇ ਬੂਥੇ ਲਾਉਣ ਦੀ ਤਿਆਰੀ ਹੋਈ ਜਾਂਦੀ ਹੈ। ਕਹਿੰਦੇ ਕਿ ਹਾਈ ਕੋਰਟ ਕਹਿ ਸੁਪਰੀਮ ਕੋਰਟ ਕਹਿੰਦੀ ਹੈ ਕਿ ਇਹ ਸਾਰੇ ਮਸਲੇ ਦੇ ਵਿੱਚ ਅਸੀਂ ਕਾਰਵਾਈ ਜਿਹੜੀ ਆ ਉਹ ਸਖ਼ਤ ਕਰ ਸਕਦੇ ਹਾਂ, ਇਸ ਤੋਂ ਬਾਅਦ ਰੁੱਖ ਸਾਡਾ ਸਖ਼ਤ ਹੋਏਗਾ ਜੇ ਹੁਣ ਇਹ ਨਹਿਰ ਨਹੀਂ ਬਣਾਈ ਜਾਂਦੀ, ਹੁਣ ਇਸ ਨਹਿਰ ਨੂੰ ਬਣਾਉਣ ਦੇ ਵੱਲ ਨਹੀਂ ਤੁਰਦੇ। ਸੁਪਰੀਮ ਕੋਰਟ ਦਾ ਹਾਲ ਇਹ ਹੈ, ਇੱਕ ਡਰੂ ਜਿਹਾ ਮਾਸਟਰ ਹੁੰਦਾ ਨਾ ਜਿਹੜਾ, ਮਤਲਬ ਕਹਿੰਦਾ ਤਾਂ ਕਿਸੇ ਨੂੰ ਕੁਛ ਨਹੀਂ, ਉਹ ਕਹਿੰਦਾ ਤੁਸੀਂ ਮੇਰੀ ਸਖ਼ਤੀ ਨਹੀਂ ਦੇਖੀ, ਜੇ ਮੇਰੀ ਸਖ਼ਤੀ ਦੇਖੋਗੇ ਨਾ ਫਿਰ ਮੈਂ ਕੰਨਾਂ ਨੂੰ ਹੱਥ ਲਵਾ ਦੂੰ। ਉਹ ਹਾਲ ਸੁਪਰੀਮ ਕੋਰਟ ਦਾ, ਕੀ ਕਰਨ ਸੁਪਰੀਮ ਕੋਰਟ 'ਚ, ਇਹ SYL ਬਣਾਉਣ ਖਾਤਰ ਮੰਨ ਲਓ ਫੌਜ ਲਾਉਣਗੇ, ਪੈਰਾਮਿਲਟਰੀ ਫੋਰਸਿਸ ਲਾਉਣਗੇ, ਫਿਰ ਜਾ ਤਾਂ ਜੰਮੂ ਕਸ਼ਮੀਰ ਵਾਲਾ ਹਾਲ ਕਰਨ ਪੰਜਾਬ 'ਚ, ਅਤੇ ਪੰਜਾਬ ਆ ਫਿਰ ਜੇ ਉਹ ਹੱਲ ਕਰਨਗੇ। ਇਹਨਾਂ ਨੇ ਇੱਕ ਵਾਰ ਕਰਕੇ ਦੇਖ ਲਿਆ ਨਾ, ਅਤੇ ਪੰਜਾਬੀਆਂ ਨੇ ਜਿਹੜਾ ਮੁੜ ਕੇ ਜਵਾਬ ਦਿੱਤਾ ਉਹ ਵੀ ਇਤਿਹਾਸ ਆ, ਪ੍ਰਧਾਨ ਮੰਤਰੀ ਫੌਜ ਦਾ ਮੁਖੀ ਪੰਜਾਬ ਦਾ ਮੁੱਖ ਮੰਤਰੀ ਫੁੰਡਿਆ ਨਾ, ਜੇ ਉਹ ਉਸ ਰਾਹ ਤੁਰੋਂਗੇ ਤੁਸੀਂ, ਲੋਕ ਵੈਸੇ ਤੁਰਨ ਨੂੰ ਤਿਆਰ ਨਹੀਂ, ਲੋਕ ਪੁਰਅਮਨ ਅਤੇ ਸ਼ਾਂਤੀਪੂਰਵਕ ਸਮਝੌਤਾ ਚਾਹੁੰਦੇ ਆ। ਇਹਨਾਂ ਦੇ ਵਿੱਚ ਵੀ ਕੋਈ ਦਮ ਨਹੀਂ ਹੈ ਵੀ ਐਡੀ ਵੱਡੀ ਗੱਲ ਕਰਨਗੇ, ਕਿਉਂਕਿ ਇਕੱਲਾ ਫਿਰ ਪੰਜਾਬ ਹੁਣ ਤਾਂ ਚਲੋ ਹੋਰ ਗੱਲਾਂ ਨੇ ਕਈ ਸਾਰੇ ਕਿਸੇ ਦੀਆਂ। ਸੋ ਇਹ ਤਾਂ ਮੈਨੂੰ ਤਾਂ ਇਹ ਲੱਗਦਾ ਫੋਕੀਆਂ ਬੜਕਾਂ ਨੇ, ਜੁਗਾਲੀ ਹੈ ਐਵੇਂ ਜਿਵੇਂ ਕਹਿੰਦੇ ਆ, ਮਤਲਬ ਉਹਨੂੰ ਸ਼ਬਦ ਮੇਰੇ ਪ੍ਰੋਪਰ ਯਾਦ ਨਹੀਂ, ਇਹ 'ਚੋਂ ਕੱਢਣ ਪਾਉਣ ਨੂੰ ਕੁਛ ਨਹੀਂ ਹੈ ਮੇਰੇ ਮੈਨੂੰ ਇਹ। ਤੁਸੀਂ ਸਿਆਸੀ ਪਾਰਟੀਆਂ ਕੀ ਤੁਸੀਂ ਪੁਜੀਸ਼ਨ ਲਾਓ ਨਾ ਜੀ, ਜਿਹੜਾ ਮੈਂ ਕਿਹਾ ਜੇ ਵਿਧਾਨ ਸਭਾ ਵੱਲੋਂ ਇੱਕ ਕਾਨੂੰਨ ਪਾਸ ਕੀਤਾ ਗਿਆ ਜਦੋਂ ਬਾਦਲ ਸਰਕਾਰ ਆਈ ਆ ਅਮਰਿੰਦਰ ਦੀ ਸਰਕਾਰ ਤੋਂ ਬਾਅਦ, ਤੁਸੀਂ ਨਾ ਦੀਨ ਮਾਨ ਦੇਖੋ, ਆਨੰਦਪੁਰ ਸਾਹਿਬ ਪਹਿਲੀ ਕਾਨਫਰੰਸ ਹੋਈ, ਕਹਿੰਦੇ ਸਰਕਾਰ ਜਦੋਂ ਬਣੀ ਕੈਬਨਿਟ ਦੀ ਪਹਿਲੀ ਮੀਟਿੰਗ ਦੇ ਵਿੱਚ ਜਿਹੜੀ ਧਾਰਾ 4 ਆ ਵੀ ਜਿੰਨਾ ਦੂਜੇ ਰਾਜਾਂ ਨੂੰ ਪਾਣੀ ਜਾਂਦਾ ਉਹਨੂੰ ਅਸੀਂ ਛੇੜਾਂਗੇ ਨਹੀਂ, ਅਸੀਂ ਉਹ ਧਾਰਾ ਰੱਦ ਕਰਾਂਗੇ, ਕਿੱਥੇ ਗਈ ਜੀ? ਉਦੋਂ ਪਹਿਲਾਂ ਸਰਕਾਰ ਬਣੀ ਸੀ ਜਿਹੜੇ ਕਹਿੰਦੇ ਸੀ ਪੰਜਾਬ 'ਤੇ ਜਿੰਨਾ ਜ਼ੁਲਮ ਢਾਇਆ ਅਦਾਲਤੀ ਕਮਿਸ਼ਨ ਬਣਾਵਾਂਗੇ, ਟਰੁੱਥ ਕਮਿਸ਼ਨ ਨਹੀਂ ਕਿਹਾ ਸੀ ਐਵੇਂ, ਕਈ ਉਹਨੂੰ ਟਰੁੱਥ ਕਮਿਸ਼ਨ ਕਹਿ ਦਿੰਦੇ ਨੇ, ਟਰੁੱਥ ਕਮਿਸ਼ਨ ਦਾ ਪ੍ਰਸੰਗ ਇਹ ਹੋਰ ਆ। ਟਰੁੱਥ ਕਮਿਸ਼ਨ ਤਾਂ ਇਹ ਆ ਵੀ ਜ਼ੁਲਮ ਕਰ ਰਹੇ ਜਿਹੜੀ ਧਿਰਾ ਉਹਦਾ ਰਾਜ ਲੈ ਕੇ ਤੁਹਾਡਾ ਆਪਦਾ ਰਾਜ ਆ ਜਾਵੇ, ਇੰਡੀਪੈਂਡੈਂਟ ਰਾਜ ਹੋ ਜਾਵੇ। ਫਿਰ ਅਗਲਾ ਕਹਿੰਦਾ ਹੁਣ ਗੱਲ ਨੂੰ ਬਾਹਲਾ ਕੀ ਵਧਾਉਣਾ ਭਾਈ, ਸੱਚ ਸਾਹਮਣੇ ਆ ਜੇ। ਇਹਨੇ ਕਿਹਾ ਸੀ ਅਦਾਲਤੀ ਕਮਿਸ਼ਨ ਬਿਠਾਵਾਂਗੇ, ਮੁਜਰਮਾਂ ਨੂੰ ਦੋਸ਼ੀਆਂ ਦੇ ਕਟਹਿਰੇ 'ਚ ਖੜ੍ਹੇ ਕਰਾਂਗੇ, ਅਤੇ ਉਸੇ ਬਾਦਲ ਨੇ ਪੰਜਾਬ ਵਿਧਾਨ ਸਭਾ 'ਚ ਕਿਹਾ ਜਦੋਂ ਸਵਾਲ ਪੁੱਛਿਆ ਹਰਦੇਵ ਵਰਸ਼ੀ ਨੇ ਵੀ ਬਾਦਲ ਸਾਹਿਬ ਇੱਕ ਆਹ ਗੱਲ ਸੀ ਪੰਜਾਬ 'ਚ ਹਿੰਸਾ ਪੈਦਾ ਹੋਣ ਦੇ ਕਾਰਨਾਂ ਦੀ ਉੱਚ ਪੱਧਰੀ ਅਦਾਲਤੀ ਕਮਿਸ਼ਨ ਜਾਂਚ ਕਰੂ। ਵਿਧਾਨ ਸਭਾ 'ਚ ਕੀ ਕਿਹਾ? ਛੱਡੋ ਜੀ, ਬੀਤੇ 'ਤੇ ਪਾਓ ਮਿੱਟੀ, ਦੱਬੇ ਮੁਰਦੇ ਫਰੋਲ ਕੇ ਕੀ ਕਰਾਂਗੇ। ਅਤੇ ਰਾਹੁਲ ਗਾਂਧੀ ਆਉਂਦਾ ਉਦੋਂ ਤਾਂ ਸਾਰਾ ਕੁਛ ਪੁਰਾਣਾ ਯਾਦ ਆ ਜਾਂਦਾ, ਜਿੱਥੇ ਵੋਟਾਂ ਦਾ ਫਾਇਦਾ ਉੱਥੇ ਤਾਂ ਕੁਛ ਕੱਖ ਨਹੀਂ ਭੁੱਲਦੇ, ਜਿੱਥੇ ਆਪ ਕੁਛ ਕਰਨ ਦੀ ਲੋੜ ਆ ਟਕਰਾਅ ਪੈਂਦਾ ਉੱਥੇ ਕਹਿੰਦੇ ਨੇ ਬੀਤੇ 'ਤੇ ਪਾਓ ਮਿੱਟੀ। ਪੰਜਾਬ ਦੇ ਸਿਆਸਤਦਾਨਾਂ ਦਾ ਕੋਈ ਦੀਨ ਨਹੀਂ, ਅਮਾਨ ਨਹੀਂ, ਧਰਮ ਨਹੀਂ, ਲੋਕਾਂ ਨੇ ਦੇਖ ਲਿਆ ਲੋਕ ਇਹਨਾਂ ਮਗਰ ਨਹੀਂ ਲੱਗਣਗੇ, ਐਂ ਕਹਿ ਕੇ ਰਿਵਾਈਵਲ ਹੋ ਜੂ ਬਾਪ ਦਾ ਰਾਜ ਆ ਇਹ। ਪਰਸੋਂ ਤਾਂ ਤੁਸੀਂ ਇਹ ਕਹਿ ਕੇ ਹਟੋ ਇੱਕ ਕੌਮ ਆ ਜਿਹੜੀ, ਇੱਕ ਚੋਣ ਆ ਜਿਹੜੀ ਅਸੀਂ ਉਹਦੇ ਨਾਲ ਸਹਿਮਤ ਹਾਂ, ਤੁਹਾਡੀ ਹੋਣ ਦਾ ਕੀ ਆਧਾਰ ਆ ਫਿਰ ਰੀਜਨਲ ਪਾਰਟੀ ਦਾ? ਜੇ ਹਿੰਦ ਇੱਕ ਕੌਮ ਆ, ਭਾਰਤ ਕੌਮ ਕਹਿ ਲਓ, ਫਿਰ ਉਹ ਹਿੰਦੂ ਕੌਮ ਵੀ ਆ, ਫਿਰ ਹਿੰਦੂ ਰਾਸ਼ਟਰ ਵੀ ਆ, ਫਿਰ ਆ ਬਖਰੇਵੇਂ ਕੀ ਆ ਘੱਟ ਗਿਣਤੀਆਂ ਦੇ ਜੀ, ਧਾਰਮਿਕ ਘੱਟ ਗਿਣਤੀਆਂ ਦੇ ਜਾਂ ਕੌਮਾਂ ਦੇ ਫੈਡਰਲ ਢਾਂਚਿਆਂ ਦੇ, ਇਹ ਇਹ ਕੀ ਆ? ਇਹ ਸਿਆਸੀ ਤੌਰ 'ਤੇ ਮਤਲਬ ਇੰਨੇ ਮਾਇਆਧਾਰੀ ਨੇ, ਇੰਨੇ ਬੋਲੇ ਹੋ ਗਏ, ਇਹਨਾਂ ਨੂੰ ਸਮਝ ਨਹੀਂ ਪੈ ਰਹੀ ਵੀ ਹਾਲਤ ਕੀ ਆ, ਕਰੀਏ ਕੀ। ਉਹ ਤਾਂ ਐਡੇ ਮਾਇਆਧਾਰੀ ਹੋ ਗਏ, ਆਹ ਜਿਹੜੇ ਨਵੇਂ ਆਏ ਨੇ ਇਹਨਾਂ ਨੂੰ ਸਮਝ ਨਹੀਂ ਲੱਗਦੀ, ਮਤਲਬ ਤੀਜਾ ਐਡਵੋਕੇਟ ਜਨਰਲ ਬਦਲਿਆ ਜਿਹਦਾ ਮਤਲਬ ਤੁਹਾਨੂੰ ਕੋਈ ਅਕਲ ਹੈ ਨਹੀਂ, ਤੁਹਾਨੂੰ ਕੋਈ ਸਿਆਸੀ ਸੰਵਿਧਾਨਕ ਸੂਝ ਹੈ ਨਹੀਂ, ਤੁਸੀਂ ਐਡਵੋਕੇਟ ਜਨਰਲ ਦੇ ਕਹੀ 'ਤੇ ਚੱਲਦੇ ਹੋ ਸਾਰੇ। ਫਿਰ ਐਡਵੋਕੇਟ ਜਨਰਲ ਉਹ ਲਾਉਂਦੇ ਹੋ ਜਿਹੜਾ ਕਦੇ ਹਰਿਆਣੇ 'ਚੋਂ ਆਉਂਦਾ, ਕਦੇ ਹੋਰ ਹਿੱਤਾਂ ਖਾਤਰ ਆਉਂਦਾ, ਹੋਰ ਦਿੱਲੀ ਤੈਅ ਕਰਦੀ ਹੈ ਸਾਰੇ ਕਿਸੇ ਨੂੰ।
ਇਹਨਾਂ ਤੋਂ ਕਹਾ ਦਿੰਦੀ ਆ, ਮੁੜ ਕੇ ਥੁੱਕਿਆ ਚੱਟ ਨੂੰ ਇੱਕ ਮਿੰਟ ਲਾਉਂਦੇ ਨੇ ਨਾਲ ਦੀ ਨਾਲ। ਸੋ ਮਾੜੀ ਹਾਲਤ ਆ ਪੰਜਾਬ ਦੀ। ਇਹ ਸਾਰੇ ਹਾਲਾਤਾਂ 'ਚ ਇਹ ਵੀ ਸਵਾਲ ਹੈ ਨਾ, ਕਹਿੰਦੇ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਕਹਿੰਦੇ ਕਹਿੰਦੇ ਕੋਈ ਕੱਚਾ ਨਹੀਂ ਰਹੂਗਾ, ਕਹਿੰਦੇ ਇੱਥੇ ਏ ਜੀ ਵੀ ਕੱਚਾ ਹੈ, ਇੱਥੇ ਡੀ ਜੀ ਪੀ ਵੀ ਕੱਚਾ ਹੈ। ਜਦੋਂ ਜੀ ਕਰਦਾ ਕਹਿੰਦੇ ਡੇਢ ਦੋ ਸਾਲਾਂ 'ਚ ਤਿੰਨ ਵਾਰ ਏ ਜੀ ਬਦਲ ਗਿਆ, ਡੀ ਜੀ ਪੀ ਹਜੇ ਕੱਚਾ ਚੱਲੀ ਜਾਂਦਾ ਪੰਜਾਬ ਪੁਲਿਸ ਦਾ। ਕਹਿੰਦੇ ਇਹ ਹਾਲਾਤ ਵੀ ਪੰਜਾਬ ਦੀ ਸਰਕਾਰ ਨੂੰ ਹਜੇ ਇਹ ਨਹੀਂ ਸਮਝ ਆ ਰਿਹਾ ਕਿ ਕਰਨਾ ਕੀ ਹੈ। ਕਿਹਨੇ ਕਿਹਾ ਇਹ ਸਵਾਲ? ਇਹ ਵਿਰੋਧੀ ਹੁਣ ਸਾਰੀ ਸਵਾਲ ਕਰਦੇ ਨਹੀਂ, ਉਹ ਠੀਕ ਹੈ ਗੱਲ, ਕਿਉਂਕਿ ਮਤਲਬ ਜਿਵੇਂ ਪ੍ਰਤਾਪ ਸਿੰਘ ਬਾਜਵਾ ਨੇ, ਉਹਨਾਂ ਦੀ ਤਣਾ ਤਣੀ ਜੀ ਚੱਲਦੀ ਹੈ ਨਾ, ਉਹਨੇ ਇਹਦਾ ਨਾਂ ਲਿਆ ਵੀ ਭਗਵੰਤ ਸ਼ਾਹ। ਹੁਣ ਅਮਿਤ ਸ਼ਾਹ ਅਤੇ ਭਗਵੰਤ ਮਾਨ, ਉਹ ਪੰਜਾਬੀ ਦਾ ਇੱਕ ਗੀਤ ਹੈ ਨਾ, ਟਿੱਚ ਵਟਣਾ ਦੀ ਜੋੜੀ ਵਾਂਗੂ ਜੁੜ ਗਏ। ਸਾਰੀ ਕੇਂਦਰ ਦੀ ਨੀਤੀ ਪਾਲਸੀ ਲਾਗੂ ਕਰ ਰਿਹਾ, ਉਹੀ ਆਰ ਐੱਸ ਐੱਸ ਦੀ ਨੀਤੀ ਪਾਲਸੀ ਲਾਗੂ ਕਰ ਰਿਹਾ। ਸੋ ਇਸ ਕਰਕੇ ਦੂਜੇ ਪਾਸੇ ਉਹ ਆ, ਉਹ ਕੇਜਰੀਵਾਲ ਦੇ ਨਟਕ ਸੀ ਜਾਂਦੇ ਨੇ, ਤੁਹਾਨੂੰ ਪਤਾ, ਸੰਜੇ ਸਿੰਘ ਫੜ ਲਿਆ, ਇਹ ਕਰ ਲਿਆ। ਮਤਲਬ ਜਿਹੜਾ ਇੱਕ ਕੇਂਦਰ ਦੀ ਨੀਤੀ ਆ ਪੰਜਾਬ ਬਾਰੇ, ਮੈਂ ਵਾਰ ਵਾਰ ਕਹਿਆ, ਕਈ ਵਾਰ ਲੋਕ ਕਹਿੰਦੇ ਨੇ ਯਾਰ ਮਾਲੀ ਇੱਕੋ ਗੱਲ ਵਾਰ ਵਾਰ ਕਹੀ ਜਾਂਦਾ, ਉਹ ਧੁਰਾ ਇਹ ਆ, ਟੂ ਕ੍ਰੀਏਟ ਮੋਰ ਐਂਡ ਮੋਰ ਕਨਫਿਊਜ਼ਨ। ਘਚੋਲਾ ਪਾਈ ਜਾਓ ਜਿੰਨਾ ਵੱਧ ਤੋਂ ਵੱਧ ਪਾ ਸਕਦੇ ਹਾਂ, ਅਤੇ ਭਗਵੰਤ ਮਾਨ ਪੰਜਾਬ 'ਚ ਘਚੋਲਾ ਪਾਉਣ ਦਾ ਸਭ ਤੋਂ ਵੱਡਾ ਮਹਾਰਾ, ਸਮਰੱਥਾ 'ਤੇ ਇਹਦੀ ਚੁਟਕਲੇਬਾਜ਼ੀ ਦੀ ਹੈਗੀ ਹੋ ਨਾ ਜੀ, ਹੱਥ 'ਤੇ ਹੱਥ ਮਾਰਨਾ, ਗੱਲ ਨੂੰ ਮੋੜਾ ਦੇਣਾ, ਉਹ ਖੇਡਾਂ ਕਰੀ ਜਾਂਦਾ। ਮੈਂ ਜਿਵੇਂ ਮੈਂ ਕਿਹਾ ਕਹਿੰਦਾ ਵਾਈ ਐੱਸ ਐੱਲ ਬਣਾ ਲਓ ਜੀ, ਫਿਰ ਕੱਲ੍ਹ ਨੂੰ ਕੋਈ ਹੋਰ ਗੱਲ ਕਹਿ ਦੂੰ। ਸੋ ਇਸ ਕਰਕੇ ਮੈਂ ਇੱਕ ਵਾਰ ਉਦਾਹਰਣ ਦਿੱਤੀ ਸੀ, ਸਾਡੇ ਸੰਗਰੂਰ ਜ਼ਿਲ੍ਹਾ, ਮੇਰਾ ਵੀ ਸੰਗਰੂਰ ਜ਼ਿਲ੍ਹਾ, ਉੱਥੇ ਨੂੰ ਕਿਹਾ ਜੀ ਬੜਾ ਰੌਲਾ ਲੋਕ ਪਾਉਂਦੇ ਨੇ ਜੀ ਫੰਡਾਂ ਦਾ ਹਿਸਾਬ ਕਿਤਾਬ। ਗੱਲ ਤਾਂ ਇਹ ਸੀ ਚੋਣ ਫੰਡਾਂ ਦਾ ਹਿਸਾਬ ਕਿਤਾਬ ਸੀ, ਕਿਉਂਕਿ ਇਹਨਾਂ ਨੇ ਕਿਹਾ ਸੀ ਵੀ ਅਸੀਂ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ 'ਚੋਂ ਨਿਕਲੇ ਹਾਂ, ਦੋ ਹਥਿਆਰਾਂ ਤੋਂ ਬਿਨਾਂ ਭ੍ਰਿਸ਼ਟਾਚਾਰ ਖਤਮ ਨਹੀਂ ਕੀਤਾ ਜਾਂਦਾ, ਸ਼ਕਤੀਸ਼ਾਲੀ ਲੋਕਪਾਲ, ਚੋਣ ਫੰਡਾਂ ਦਾ ਹਿਸਾਬ। ਜਿਹੜੇ ਕਹਿੰਦੇ ਸੀ ਨਵਾਂ ਨਵਾਂ ਪੈਸਾ ਦੇਵਾਂਗੇ, ਵੈਬਸਾਈਟ 'ਤੇ ਪਾਵਾਂਗੇ, ਦੋਹੇ ਠੰਡੇ ਵਸਤੇ 'ਚ ਪਾ ਤੇ। ਉਹ ਚਲੋ ਸਵਾਲ ਕੀਤਾ, ਕਹਿੰਦਾ ਫੰਡਾਂ ਦਾ ਹਿਸਾਬ ਲੈ ਮੇਰੀ ਗੱਡੀ 'ਚ ਪਿਆ ਸਾਰਾ, ਮੈਂ ਹੁਣੇ ਦਿਖਾ ਦਿੰਦਾ, 5 ਸਾਲਾਂ 'ਚ 25 ਕਰੋੜ ਮਿਲਿਆ, ਐੱਮ ਪੀ ਗਰਾਂਟਾਂ ਦਾ ਹਿਸਾਬ ਨੂੰ ਫੰਡਾਂ ਦਾ ਹਿਸਾਬ ਬਣਾਤਾ, ਸਵਾਲ ਕਣਕ ਜਵਾਬ ਛੋਲੇ। ਇਹ ਗੱਲਾਂ ਦਾ ਮਹਾਰਾ, ਹੁਣ ਤੈਨੂੰ ਕਹਿ ਦਿੱਤਾ ਮੈਂ ਨਹੀਂ ਕਿਸੇ ਸਵਾਲ ਦਾ ਜਵਾਬ ਦੇਣਾ, ਮੈਂ ਇਹਦਾ ਜਵਾਬ ਪਹਿਲਾਂ ਕਹਿੰਦਾ ਸੀ ਲੋਕ ਪੁੱਛਣ ਲਾ ਤੇ ਸਵਾਲ ਮੰਤਰੀਆਂ ਸੰਤਰੀਆਂ ਨੂੰ, ਹੁਣ ਕਹਿੰਦਾ ਮੈਂ ਨਹੀਂ ਕਿਸੇ ਦਾ ਜਵਾਬ ਦਿੰਦਾ, ਲੋਕਾਂ ਨੂੰ ਕਹਿੰਦਾ ਤੁਸੀਂ ਵੀ ਨਾ ਸੁਣੋ, ਜਿਵੇਂ ਜਲੰਧਰ ਜਵਾਬ ਦੇਤਾ ਕਹਿੰਦਾ ਇਹੋ ਜਿਹਾ ਜਵਾਬ ਦੇ ਦਿਆ ਕਰੋ। ਮਤਲਬ ਇਹ ਜਿਹੜੀ ਹਾਲਤ, ਅੱਜ ਤਾਂ ਹਾਲਤ ਇਹ ਹੈ ਜੀ, ਮੌਜੂਦਾ ਸਰਕਾਰ ਦੀ ਕੋਈ ਪੁਰਾਣੀ ਵੀਡੀਓ ਚੱਕ ਕੇ ਤੁਸੀਂ ਚਲਾ ਦਿਓ, ਤੁਹਾਨੂੰ ਲੱਗੂ ਵੀ ਕੇਜਰੀਵਾਲ ਆਪਣੀ ਸਰਕਾਰ ਦੇ ਖਿਲਾਫ਼ ਬੋਲ ਰਿਹਾ, ਭਗਵੰਤ ਮਾਨ ਆਪਣੀ ਸਰਕਾਰ ਦੇ ਖਿਲਾਫ਼ ਬੋਲ ਰਿਹਾ। ਮੁਰਗੀਖਾਨੇ ਪਾ ਲਓ ਜੇ ਐਡੀ ਸਿਕਿਉਰਿਟੀ ਦੀ ਲੋੜ ਆ, ਮਤਲਬ ਲੋਕਾਂ ਤੋਂ ਤੁਸੀਂ ਇਹ ਕਰ ਲਓ, ਕੀ ਚਾਹੀਦਾ ਜੀ ਸਾਨੂੰ? ਇੱਕ MLA ਨੂੰ ਇੱਕ ਕਮਰਾ, ਇੱਕ ਆਹ ਸਿਕਿਉਰਿਟੀ ਨਹੀਂ ਲੈਣੀ, ਅਤੇ ਆ 42 ਕਰੋੜ ਲਾਤਾ ਮਹਾਂਪੁਰਸ਼ ਨੇ ਆਪਦਾ ਬੰਗਲਾ 'ਤੇ, ਹੁਣ CBI ਉਹਦੀ ਜਾਂਚ ਸ਼ੁਰੂ ਕੀਤੀ ਆ, ਹੁਣ ਕਹਿੰਦੇ ਜੀ ਸਾਡੇ ਮਗਰ। ਉਹ ਤਾਂ ਇਹ ਆ ਵੀ ਜਿੱਥੇ ਸਾਡਾ ਆਨੰਦ ਘੋਪ ਉੱਥੇ ਗਧੇ ਦੀ ਮਰੀ ਦਾ ਕੋਈ ਨਹੀਂ ਦੋਸ਼, ਜਿਹੜੇ ਸਾਨੂੰ ਪੁਲਿਸ ਫੜਦੀ ਆ, ED ਫੜਦੀ ਆ, ਉਹ ਤਾਂ ਸਿਆਸੀ ਬਦਲਾ, ਜਿਹੜੀ ਸਾਡੀ ਵਿਜੀਲੈਂਸ ਕਰਦੀ ਆ ਉਹ ਪੂਰੀ ਇਮਾਨਦਾਰੀ ਨਾਲ ਤਾਂ ਸਾਰਾ ਕੁਛ ਕਰ ਰਹੀ ਆ। ਆ ਖਹਿਰੇ ਵਾਲੇ ਮਾਮਲੇ 'ਚ ਭਗਵੰਤ ਮਾਨ ਦੀ ਜਾਂ ਇਹਨਾਂ ਦੀ ਪਾਰਟੀ ਦੀ ਜਿੰਨੀ ਤੋਏ ਤੋਏ ਹੋਈ ਆ, ਜਿਵੇਂ ਪੰਜਾਬੀ 'ਚ ਕਹਿੰਦੇ ਇਹੀ ਜਿਹੀ ਬਣੀ ਆ ਜਿਹੜੀ ਖੇਤ ਪਏ ਗਧੇ ਨਾਲ ਨਹੀਂ ਬਣਦੀ ਹੁੰਦੀ। ਸੋ ਇਹ ਹਾਲ ਆ, ਇਹਨਾਂ 'ਤੇ ਕੀ ਭਰੋਸਾ ਕੀਤਾ ਜਾ ਸਕਦਾ? ਸੋ ਇਹ ਜ਼ਰੂਰ ਹੈ ਕਿ SYL ਦੇ ਮਸਲੇ ਦੇ ਨਾਲ ਨਾਲ ਪੰਜਾਬ ਦੇ ਅੱਗੇ ਮਸਲੇ ਬਹੁਤ ਵੱਡੇ ਨੇ। ਇਹ ਜ਼ਰੂਰ ਹੈ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਇਹ ਮਸਲਾ ਉੱਭਰਨਾ ਜ਼ਰੂਰ ਸੀ, ਇਹ ਮਸਲਾ ਹੁਣ 24 ਜਨਵਰੀ ਤੱਕ ਦਾ ਲਈ ਟਾਲ ਦਿੱਤਾ ਗਿਆ। 24 ਜਨਵਰੀ ਦੇ ਵਿੱਚ ਜਿਹੜਾ ਹੁਣ ਇਸ ਮਸਲੇ ਦੇ ਉੱਤੇ ਕੋਰਟ ਦੇ ਵੱਲੋਂ ਦੁਬਾਰਾ ਸੁਣਵਾਈ ਹੋਣੀ ਆ, ਕੋਰਟ ਇਸ ਮਸਲੇ 'ਚ ਕੀ ਸੁਣਵਾਈ ਕਰਦੀ ਹੈ, ਕੀ ਫੈਸਲਾ ਹੁੰਦਾ, ਇਹ ਬਹੁਤ ਸਾਰੀਆਂ ਚਰਚਾਵਾਂ ਜਿਹੜੀਆਂ ਹੁਣ 2024 ਦੇ ਉੱਤੇ ਜਾ ਟਿਕੀਆਂ ਨੇ। ਪਰ ਇਸ ਦੇ ਨਾਲ ਨਾਲ ਸਿਆਸੀ ਮਾਹੌਲ ਵੀ 2024 ਦੇ ਉੱਤੇ ਟਿਕਿਆ ਕਿ ਕੁਝ ਆਉਣ ਵਾਲੇ ਦਿਨਾਂ 'ਚ ਸਾਰੇ ਮਸਲੇ 'ਚ ਹੁੰਦਾ ਹੈ ਕਿ ਵਾਕਿਆ ਸਰਵ ਪਾਰਟੀ ਮੀਟਿੰਗ ਸੱਦੀ ਜਾਂਦੀ ਹੈ ਜਾਂ ਫਿਰ
ਵਿਧਾਨ ਸਭਾ ਦਾ ਜਿਹੜਾ ਸਪੈਸ਼ਲ ਇਜਲਾਸ ਬੁਲਾਉਣ ਦੀ ਗੱਲ ਆਖੀ ਜਾ ਰਹੀ ਹੈ, ਉਸ ਇਜਲਾਸ ਦੇ ਜ਼ਰੀਏ ਕੁਝ ਵੱਡਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਹੋ ਸਕਦਾ। ਇਹ ਸਾਰੀਆਂ ਗੱਲਾਂ ਬਾਤਾਂ ਹਜੇ ਭਵਿੱਖ ਦੇ ਗਰਭ ਦੇ ਵਿੱਚ ਨੇ। ਮਾਲੀ ਸਾਹਿਬ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਧੰਨਵਾਦ ਤੁਹਾਡਾ।